ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਲੀਫੋਰਨੀਆ ਤੋਂ ਆਗੂ ਰੇਸ਼ਮ ਸਿੰਘ ਨੂੰ ਇੱਕ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਰੇਸ਼ਮ ਸਿੰਘ ਸੰਧੂ ਸਰਬੱਤ ਖਾਲਸਾ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਸਨ। ਪੰਜਾਬ ਪੁਲਿਸ ਨੇ ਬੀਤੀ ਸਵੇਰ ਭਾਰਤ ਪਹੁੰਚਦਿਆਂ ਹੀ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਰੇਸ਼ਮ ਸਿੰਘ ਨੂੰ ਚਾਟੀਵਿੰਡ ਪੁਲਿਸ ਸਟੇਸ਼ਨ ਵਿੱਚ ਇੱਕ ਸਾਲ ਪਹਿਲਾਂ ਦਾਇਰ ਮਾਮਲੇ ਸੰਬੰਧੀ ਹਿਰਾਸਤ 'ਚ ਲਿਆ ਗਿਆ ਹੈ। ਰੇਸ਼ਮ ਸਿੰਘ ਸੰਧੂ ਨੇ ਪੰਜਾਬ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਅੰਦਰ NRI ਪੰਜਾਬੀਆਂ ਲਈ ਕੋਈ ਵੀ ਸਤਿਕਾਰ ਜਾਂ ਹਮਦਰਦੀ ਨਹੀਂ ਹੈ। ਉਹਨਾਂ ਸਾਫ਼ ਕੀਤਾ ਕਿ 10 ਨਵੰਬਰ 2015 ਦੇ ਸਰਬੱਤ ਖਾਲਸਾ ਦੌਰਾਨ ਉਹਨਾਂ ਨੇ ਕੋਈ ਤਕਰੀਰ ਨਹੀਂ ਦਿੱਤੀ ਸੀ, ਬਾਵਜੂਦ ਇਸ ਦੇ ਉਹਨਾਂ ਦੇ ਖਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਦੇ ਸਮਾਗਮ ਦੇ ਵੀਡੀਓ ਚੈੱਕ ਕਰ ਸਕਦੀ ਹੈ। ਜੋ ਕੁਛ ਮੈਨੂੰ ਦੱਸਿਆ ਗਿਆ ਜੀ ਉਹ ਤਾਂ ਇਹੀ ਆ ਵੀ ਪਿਛਲੇ ਸਾਲ 2015 ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ। ਸਾਰੇ ਸਿੱਖਾਂ ਨੇ ਇਕੱਠੇ ਹੋ ਕੇ ਆਪਣੀਆਂ ਧਾਰਮਿਕ ਭਾਵਨਾਵਾਂ ਪ੍ਰਗਟ ਕੀਤੀਆਂ ਅਤੇ ਉਹਦੇ 'ਚੋਂ ਸਰਕਾਰ ਨੂੰ ਕੋਈ ਗੱਲ ਨਹੀਂ ਚੰਗੀ ਲੱਗੀ ਹੋਣੀ। ਅਤੇ ਬਾਕੀ ਜੇ ਕਈ ਕਾਨੂੰਨ ਦੀ ਗੱਲ ਹੈ ਉਹ ਮੈਂ ਦਾਅਵੇ ਨਾਲ ਕਹਿੰਦਾ ਕਿ ਕੋਈ ਕਾਨੂੰਨ ਨਹੀਂ ਤੋੜਿਆ ਸੀ, ਪਰ ਸਰਕਾਰ ਆਪਣੇ ਢੰਗ ਨਾਲ ਕਰ ਰਹੀ ਹੈ, ਜੋ ਵੀ ਕਰ ਰਹੀ ਹੈ। ਠੀਕ ਹੈ, ਉਹ ਤਾਂ ਲੱਗੇ ਹੋਏ ਜੀ ਪੂਰਾ। ਉਹਨਾਂ ਨੇ ਅੱਜ ਵੀ ਪਤਾ ਲੱਗਿਆ ਹੋਣੇ ਵੀ ਉਹਨਾਂ ਨੇ ਟੈਂਟ ਟੁੱਟ ਜਿਹੜੇ ਪੱਟ ਦਿੱਤੇ ਆ, ਬੰਦੇ 250-300 ਬੰਦਾ ਅਰੈਸਟ ਕਰ ਲਿਆ ਉਹਨਾਂ ਨੇ ਆਲਰੇਡੀ, ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਕਰਨਗੇ, ਪਰ ਕੋਈ ਨਹੀਂ। ਮੈਨੂੰ ਨਹੀਂ ਲੱਗਦਾ ਵੀ ਉਹ ਕੰਸਿਡਰ ਕਰਦੇ ਨੇ ਵੀ NRI ਜਿਹੜੇ ਆ ਵੱਖਰੇ ਆ, ਉਹ ਸਮਝਦੇ ਨੇ ਵੀ ਸਾਰੇ ਪੰਜਾਬ ਦੇ ਲੋਕ ਸਾਡੇ ਗੁਲਾਮ ਆ, ਅਸੀਂ ਜਿਵੇਂ ਮਰਜ਼ੀ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਬਿਊਰੋ ਰਿਪੋਰਟ, ਪੰਜਾਬ ਟੂਡੇ।